रसमलाई हर किसी की फेवरेट हुंदी है, ते आज मैं बहुत ही ईजी वे ना तानू बनाना दसांगी कि किवें मैं रसमलाई बनाई। हेलो फ्रेंड्स, मैं हरप्रीत, वेलकम है ताडा मेरे चैनल च। जे तानू मेरी वीडियोज़ वधिया लगदी है ते प्लीज़ मेरे चैनल नू सबसक्राइब करो, लाइक करो, शेयर भी करो ते कमेंट भी करो। आओ फिर वेखदे हां किवें मैं बनाई रसमलाई। दूध नू एक बॉयल आन तक असी पकाउणा है। एक बॉयल सा आ गया हूँ, ये मैं 1 टेबल स्पून जड़ा है लैमन का पा देंगी, नींबू का, तो इन दुध में असी पटा लाँगे। इत्थे मैं एक बाउल लिया है, तो उसके ऊपर मैं छन्नी जी रखती है, तो उसके ऊपर कॉटन का कपड़ा रखे है, तो ये मैं सारा जो है पनीर जो असी बनाया उसे मैं ट्रांसफर कर लाँगी, तो उसका पानी सारा काढ़ दाँगी। ये मैं ठंडा पानी पा के थोड़ा जहाँ ठंडा करांगी कि जड़ा सोखा जड़ा निचड़ जाए पनीर साड़ा। पनीर सानू ये ड्राई चाहिए, तो ये चंगी तरह हजे पानी निकलिया नहीं है, तो मैं इनू एदी कोली रख के उत्ते थोड़ा जिहा वेट रख दांगी इहदे उत्ते कि जिहड़ा पानी जिहड़ा थल्ले निकलदा जाए। हुण मैं इत्थे कढ़ाई लई है, इहदे विच मैं 1 लीटर होर दुध पा रही हाँ रबड़ी बनाउण लई। ਤੇ ਇਹਨੂੰ ਇੱਕ ਬੋਇਲ ਆਣ ਦੇਵਾਂਗੇ ਅਸੀਂ। ਗੈਸ ਦਾ ਜਿਹੜਾ ਫਲੇਮ ਹੈ ਉਹ ਮੀਡੀਅਮ ਹੀ ਰੱਖਣਾ ਤੁਸੀਂ। ਬੋਇਲ ਇੱਕ ਆ ਗਿਆ, ਤੇ ਇਹਦੇ ਵਿੱਚ ਮੈਂ ਕੇਸਰ ਪਾਤੀ ਹੈ ਤੇ ਇਲਾਚੀ ਪਾਤੀ ਕੁੱਟੀ ਹੋਈ, ਤੇ ਅੱਧਾ ਕੱਪ ਜਿਹੜਾ ਹੈ ਮੈਂ ਚੀਨੀ ਦਾ ਪਾਤਾ ਹੈ, ਤੇ ਇਹਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ। 1 ਲੀਟਰ ਦੁੱਧ 'ਚ ਮੈਂ ਅੱਧਾ ਕੱਪ ਜਿਹੜਾ ਹੈ ਚੀਨੀ ਦਾ ਯੂਜ਼ ਕੀਤਾ ਹੈ। मार्केट च तुसीं वेखदे हो रसमलाई जिहड़ी है वो येलो कलर च हुंदी थोड़ी जी, तो मैं इत्थे थोड़ा जिहा फूड कलर यूज़ करांगी। तो देखो इहदा कलर चेंज हो गया बिल्कुल केसर नाल। जे नहीं तुहाडा कलर ज़्यादा आंदा तो फिर थोड़ी थोड़ा जिहा तुसीं फूड कलर पा सकदे हो, ये बिल्कुल ऑप्शनल है। दुध नूं असीं उदों तक पकाउणा है जदों तक इहदा तीजा हिस्सा नहीं रह जांदा, ते साइडां ते जिहड़ा दुध जमदा पिया है इहनूं वी साइडां तों ला लैणा है। जिहड़ा इत्थे मैं हुण ड्राई फ्रूट्स ऐड कर दांगी इहदे च, ते इहनूं 2 मिंट लई पकाउणा है हाई फ्लेम ते, तो फिर उस तो बाद साड़ी जिहड़ी रबड़ी है तैयार हो जाएगी। रबड़ी बनाउण च मैनूं 30 तों 35 मिंट लग गए है।
ਅਤੇ ਹੁਣ ਮੈਂ ਤਿਆਰੀ ਕਰਾਂਗੀ ਆਪਣੇ ਜਿਹੜਾ ਮੈਂ ਪਨੀਰ ਰੱਖਿਆ ਹੋਇਆ ਸੀ ਇਹਨੂੰ 1 ਘੰਟਾ ਹੋ ਗਿਆ ਪਏ ਨੂੰ ਅਤੇ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਲ ਲਾਂਗੇ। ਹੁਣ ਪਨੀਰ ਨੂੰ ਅਸੀਂ ਹੱਥ ਦੀ ਜਿਹੜੀ ਤਲੀ ਹੈ ਉਹਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਲਣਾ ਹੈ। ਮੈਨੂੰ 3 ਤੋਂ 4 ਮਿੰਟ ਇਹਨੂੰ ਲੱਗ ਗਏ ਸੀ ਮਲਦਿਆਂ ਹੋਇਆ ਅਤੇ ਇੱਕਦਮ ਸੋਫਟ ਹੋ ਗਿਆ ਸੀ ਇਹ। ਅਤੇ ਜੇ ਤੁਹਾਡਾ ਜ਼ਿਆਦਾ ਪਨੀਰ ਡਰਾਈ ਹੈ ਤਾਂ ਇਹਦੇ ਵਿੱਚ ਅੱਧਾ ਜਿਹੜਾ ਚਮਚ ਪਾਣੀ ਦਾ ਪਾ ਸਕਦੇ ਹੋ ਤੁਸੀਂ। ਇੱਥੇ ਮੈਂ 1 ਛੋਟਾ ਚਮਚ ਜਿਹੜਾ ਹੈ ਮੈਦਾ ਯੂਜ਼ ਕਰ ਰਹੀ ਹਾਂ। ਤੁਸੀਂ ਕੋਰਨਫਲੋਰ ਵੀ ਯੂਜ਼ ਕਰ ਸਕਦੇ ਹੋ ਅਤੇ ਅਰਾਰੋਟ ਜਿਹੜੀ ਹੁੰਦੀ ਹੈ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਕੁਆਂਟਿਟੀ 1 ਚਮਚ ਹੀ ਲੈਣਾ। 1 ਲੀਟਰ ਦੁੱਧ ਦਾ ਜਿਹੜਾ ਪਨੀਰ ਬਣਾਇਆ ਉਹਦੇ ਵਿੱਚ ਤੁਸੀਂ 1 ਚਮਚ ਜਿਹੜਾ ਛੋਟਾ ਉਹੀ ਲੈਣਾ। ਅਤੇ ਇੱਥੇ ਮੇਰਾ ਜਿਹੜਾ ਡੋ ਹੈ ਬਿਲਕੁਲ ਰੈਡੀ ਹੋ ਗਿਆ ਅਤੇ ਹੁਣ ਮੈਂ ਇਹਦੀ ਬੋਲਸ ਬਣਾ ਕੇ ਤਿਆਰ ਕਰ ਲਵਾਂਗੀ ਸਾਰੀਆਂ। 1 ਬੋਲ ਮੈਂ ਬਣਾ ਕੇ ਦੇਖਾਂਗੀ, ਜੇ ਇਹਦੇ ਵਿੱਚ ਕ੍ਰੈਕਸ ਆ ਰਹੇ ਆ ਤਾਂ ਸਾਡਾ ਜਿਹੜਾ ਡੋ ਤਿਆਰ ਹੋਇਆ ਉਹ ਸਹੀ ਨਹੀਂ ਹੈਗਾ। ਇਹਦੇ ਵਿੱਚ ਕ੍ਰੈਕਸ ਨਹੀਂ ਹੈ ਅਤੇ ਇਹਨੂੰ ਮੈਂ ਟਿੱਕੀ ਦੀ ਸ਼ੇਪ 'ਚ ਬਣਾ ਲਵਾਂਗੀ। ਇਸ ਤਰ੍ਹਾਂ ਸਾਰੀਆਂ ਮੈਂ ਬਣਾ ਕੇ ਇੱਦਾਂ ਹੀ ਤਿਆਰ ਕਰ ਲਵਾਂਗੀ। ਇਹਨਾਂ ਨੂੰ ਹੁਣ ਅਸੀਂ ਸੋਫਟ ਅਤੇ ਸਪੋਂਜੀ ਬਣਾਉਣ ਲਈ ਇਹਦੀ ਚਾਸ਼ਨੀ ਬਣਾਵਾਂਗੇ। ਅਤੇ ਇੱਥੇ ਮੈਂ 1/2 ਕੱਪ ਜਿਹੜਾ ਹੈ ਚੀਨੀ ਦਾ ਲਿਆ ਅਤੇ 3 ਹੀ ਕੱਪ ਮੈਂ ਇੱਥੇ ਪਾਣੀ ਦੇ ਲਵਾਂਗੀ। ਗੈਸ ਦਾ ਜਿਹੜਾ ਫਲੇਮ ਹੈ ਉਹ ਹਾਈ ਰੱਖਣਾ ਅਤੇ ਜਿਹੜੀਆਂ ਅਸੀਂ ਪਨੀਰ ਤੋਂ ਬੋਲਸ ਤਿਆਰ ਕੀਤੀਆਂ ਉਹਦੇ ਵਿੱਚ ਪਾ ਦਾਂਗੇ। ਇਹਨੂੰ ਕਵਰ ਕਰਕੇ ਅਸੀਂ 2-3 ਮਿੰਟ ਪਾਵਾਂਗੇ ਅਤੇ ਫਲੇਮ ਤੁਹਾਡਾ ਹਾਈ ਹੋਣਾ ਚਾਹੀਦਾ ਗੈਸ ਦਾ। ਅਤੇ ਇੱਥੇ 2-3 ਮਿੰਟ ਹੋ ਗਏ ਆ ਅਤੇ ਮੈਂ ਇਹਨੂੰ ਵੇਖਾਂਗੀ, ਦੇਖੋ ਕਿੰਨਾ ਡਬਲ ਹੋ ਗਿਆ ਇਹ ਫੁੱਲ ਕੇ ਬੋਲਸ ਜਿਹੜੀਆਂ, ਅਤੇ ਇਹਦੀ ਸਾਈਡ ਚੇਂਜ ਕਰ ਦਾਂਗੇ। ਪੰਦਰਾਂ ਮਿੰਟ ਲੱਗ ਗਏ ਮੈਨੂੰ ਇਹ ਪਕਾਉਣ ਵਾਸਤੇ ਅਤੇ ਹੁਣ ਮੈਂ ਇਹਨੂੰ ਮੈਂ ਬਾਊਲ ਦੇ ਵਿੱਚ ਬਰਫ਼ ਲਈ ਆ ਅਤੇ ਚਾਸ਼ਨੀ ਵੀ ਥੋੜ੍ਹੀ ਜਿਹੀ ਮੈਂ ਇਹਦੇ ਵਿੱਚ ਪਾ ਦਾਂਗੀ ਅਤੇ ਬੋਲਸ ਜਿਹੜੀਆਂ ਤਿਆਰ ਕੀਤੀਆਂ ਉਹ ਵੀ ਇਹਦੇ ਵਿੱਚ ਪਾ ਦਾਂਗੀ ਜਿਹਦੇ ਨਾਲ ਇਹ ਸਪੋਂਜੀ ਰਹਿਣ। ਜੇ ਅਸੀਂ ਉਹਦੇ ਵਿੱਚ ਹੀ ਚਾਸ਼ਨੀ ਅਤੇ ਗਰਮ ਚਾਸ਼ਨੀ ਦੇ ਵਿੱਚ ਹੀ ਬੋਲਸ ਨੂੰ ਰਹਿਣ ਦਿੰਦੇ ਹਾਂ ਤਾਂ ਇਹ ਥੋੜ੍ਹੀਆਂ ਜਿਹੀਆਂ ਚੀੜੀਆਂ ਹੋ ਜਾਂਦੀਆਂ ਅਤੇ ਇਹਨੂੰ ਸਟੇਬਲ ਕਰਨ ਲਈ ਅਸੀਂ ਠੰਡੇ ਪਾਣੀ ਦੇ ਵਿੱਚ ਪਾ ਦਾਂਗੇ। ਜੇ ਤੁਹਾਨੂੰ ਲੱਗ ਰਿਹਾ ਬਰਫ਼ ਘੱਟ ਆ ਤਾਂ ਬਰਫ਼ ਹੋਰ ਵੀ ਪਾ ਸਕਦੇ ਹੋ ਤੁਸੀਂ ਇਹਦੇ 'ਚ, ਜਿਹੜਾ ਹੈ ਕਿ ਠੰਡੀਆਂ ਰਹਿਣ। ਇਹਨੂੰ ਮੈਂ 10-15 ਮਿੰਟ ਲਈ ਠੰਡੇ ਪਾਣੀ ਵਿੱਚ ਹੀ ਰਹਿਣ ਦਾਂਗੀ, ਉਸ ਤੋਂ ਬਾਅਦ ਇਹਨੂੰ ਕੱਢਾਂਗੇ। ਅਤੇ ਉਸ ਤੋਂ ਬਾਅਦ ਮੈਂ ਇਹਨੂੰ ਬਾਊਲ ਦੇ ਵਿੱਚ ਕੱਢ ਲਿਆ ਅਤੇ ਹੁਣ ਮੈਂ ਇਹਦੇ ਵਿੱਚ ਜਿਹੜੀ ਅਸੀਂ ਰਬੜੀ ਤਿਆਰ ਕੀਤੀ ਸੀ ਉਹ ਮੈਂ ਇਹਦੇ ਵਿੱਚ ਪਾ ਦਾਂਗੀ। ਇਹਨੂੰ 4 ਤੋਂ 5 ਘੰਟਿਆਂ ਲਈ ਰੱਖਣਾ ਹੁਣ ਢੱਕ ਕੇ। ਅਤੇ ਜਿਹੜਾ ਇਹ ਪਨੀਰ ਤੋਂ ਅਸੀਂ ਬੋਲਸ ਬਣਾਈਆਂ ਇਹਦੇ ਵਿੱਚ ਜਿਹੜੀ ਰਬੜੀ ਹੈ ਐਬਜ਼ੋਰਬ ਕਰ ਲਏ ਬੋਲਸ ਨੂੰ। ਚਾਰ ਘੰਟੇ ਮੈਨੂੰ ਹੋ ਗਏ ਇਹਨੂੰ ਰੱਖੇ ਨੂੰ ਅਤੇ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਸਾਡੀ ਰਸ ਮਲਾਈ। ਅਤੇ ਤੁਸੀਂ ਵੀ ਇਸ ਤਰ੍ਹਾਂ ਘਰ ਬਣਾਓ ਅਤੇ ਮੈਨੂੰ ਦੱਸੋ ਜ਼ਰੂਰ ਕਿ ਕਿਵੇਂ ਦੀ ਬਣੀ। ਅਤੇ ਜੇ ਤੁਹਾਨੂੰ ਮੇਰੀ ਵੀਡੀਓਜ਼ ਅੱਛੀ ਲੱਗਦੀ ਹੈ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ। ਓਕੇ ਫਰੈਂਡਸ, ਮਿਲਦੇ ਹਾਂ ਇੱਕ ਹੋਰ ਨਵੀਂ ਰੈਸਿਪੀ ਦੇ ਨਾਲ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ। ਬਾਏ ਬਾਏ।